ਇਹ ਸਮੋਸਾ ਆਪਣੇ ਪੈਸਿਆਂ ਦਾ ਖਾ ਰਹੇ ਹੋ? ਬਿਲਕੁਲ ਜੀ, ਆਪਣੇ ਪੈਸੇ ਦਾ ਹੌਰ ਕੌਣ ਦੇਣੇ ਮਾਰਾ। ਚੋਣਾਂ ਦੇ ਦਿਨਾਂ 'ਚ ਵੀ ਆਪਣੇ ਪੈਸਿਆਂ ਦੇ ਸਮੋਸੇ ਖਾਈ ਜਾਂਦੇ ਹੋ ਤੁਸੀਂ? ਵੋਟ ਪਾਉਂਦੇ ਹੋ? ਬਣੀ ਨਹੀਂ ਹਜੇ, ਸਹੁਰੇ ਘਰ ਨਹੀਂ ਬਣੀ, ਪੇਕੇ ਤਾਂ ਬਣੀ ਹੋਈ ਆ। ਅੱਛਾ, ਸਹੁਰੇ ਘਰ ਬਣੀ ਨਹੀਂ ਹੈਗੀ, ਸਹੁਰੇ ਗੱਲਾਂ ਤਾਂ ਕਰਦੇ ਹੋਣੇ ਵੀ ਕਿਹਨੂੰ ਵੋਟ ਪਾਉਣੀ ਆ? ਕਰਦੇ ਹੋਣਗੇ, ਕਦੇ ਸੁਣਿਆ ਹੀ ਨਹੀਂ। ਸੱਸ ਦੀਆਂ ਗੱਲਾਂ ਤਾਂ ਨੂੰਹ ਸੁਣਦੀ ਹੁੰਦੀ ਹੈ। ਮੈਂ ਕਿਸੇ ਦੀਆਂ ਨਹੀਂ ਸੁਣਦੀ। ਆਮ ਆਦਮੀ ਪਾਰਟੀ ਨੂੰ ਹੀ ਪੈਣਗੀਆਂ ਇਸ ਵਾਰ ਤਾਂ, ਜੋ ਹੈ ਹਾਲਾਤ। ਅੱਛਾ ਜੀ, ਬੜੇ ਦਾਅਵੇ ਨਾਲ ਕਹਿ ਰਹੇ ਹੋ। ਉਹ ਤਾਂ ਦਾਅਵਾ ਹੀ ਹੈ ਜੀ, ਪੱਕਾ ਹੀ। ਹੁਣ ਤਾਂ ਮੁੱਖ ਮੰਤਰੀ ਚੰਨੀ ਸਾਹਿਬ ਵੀ ਹੋਣੇ ਚਾਹੀਦੇ। ਚੰਨੀ ਸਾਹਿਬ ਹੋਣੇ, ਪਰ ਚੰਨੀ ਸਾਹਿਬ ਤਾਂ ਇਹ ਕਹਿੰਦੇ ਨੇ, ਉਹ ਕਹਿੰਦੇ ਯਾਰ ਤੁਸੀਂ ਮੈਨੂੰ ਮਰਾਉਣਾ, ਮੈਂ ਤਾਂ 111 ਦਿਨਾਂ 'ਚ ਦੇਖਿਆ ਨਹੀਂ ਮੇਰੇ 'ਤੇ ਰੇਡਾਂ ਮਰਾਉਂਦੇ। ਮਤਲਬ ਕਿ ਵਿਕਾਸ ਦੀ ਗੱਲ ਕਰੀਏ ਜੀ, ਤਾਂ ਹੋਇਆ ਵਿਕਾਸ? ਬੰਦਾ ਨਵਾਂ ਲਾਉਣਾ ਪੈਣਾ ਬਸ। ਇਹ ਬਦਲਾਅ ਦੇਖਦੇ ਹੋ ਬਾਈ? ਹਾਂ, ਬਦਲਾਅ ਹੈਗਾ। ਹੈਗਾ? ਹਾਂ। ਕਿੱਥੇ ਪਿਆ? ਆਮ ਆਦਮੀ ਪਾਰਟੀ। ਕਹਿੰਦੇ ਬਹੁਤ ਵਿਕਾਸ ਕੀਤਾ ਯਾਰ ਕਾਂਗਰਸ ਨੇ। ਇਹ ਉਹਨਾਂ ਨੂੰ ਪਤਾ ਨਹੀਂ ਜੇ ਕੀਤਾ ਹੋਣਾ। ਜਲ ਤਾਂ ਕਹਿੰਦੇ ਕਿਆ ਗੱਲ ਕਰਦੇ ਹੋ ਯਾਰ। ਬਿਲਕੁਲ ਸਹੀ ਆ, ਸਹੀ ਗੱਲ ਕਰਦੇ ਆ। ਪਤਾ ਮਤਲਬ ਇਕਵੈਲਿਟੀ ਨਹੀਂ ਆ, ਠੀਕ ਹੈ? ਆਪਾਂ ਜੇ ਰਿਚ ਦੀ ਗੱਲ ਕਰਦੇ ਹਾਂ ਕਿ ਹਾਂ ਮਤਲਬ ਸਿਰਫ ਪੂਅਰ ਨੂੰ ਹੀ ਫੈਸਿਲਿਟੀਜ਼ ਦੇਣੀਆਂ ਨੇ, ਬਟ ਜਦਕਿ ਟੈਕਸ ਤਾਂ ਰਿਚ ਪੇ ਕਰ ਰਹੇ ਆ ਨਾ, ਉਹਨਾਂ ਨੂੰ ਵੀ ਦੇਵੋ। ਉਹਨਾਂ ਨੂੰ ਵੀ ਫ੍ਰੀ ਐਜੂਕੇਸ਼ਨ ਮਿਲਣੀ ਚਾਹੀਦੀ ਆ, ਉਹਨਾਂ ਨੂੰ ਵੀ ਫ੍ਰੀ ਹੋਸਪਿਟੈਲਿਟੀ। ਮੀਨਸ ਆਲ ਸ਼ੁੱਡ ਬੀ ਟ੍ਰੀਟਿਡ ਇਕੁਅਲੀ। ਫੋਰਨ ਦੇ ਵਿੱਚ ਤਾਂ 18 ਸਾਲ ਤੱਕ ਬੱਚੇ ਨੂੰ ਸੁਵਿਧਾਵਾਂ ਦਿੱਤੀਆਂ ਜਾਂਦੀਆਂ, ਅਤੇ ਮੈਂ ਤਾਂ ਫੋਰਨ ਵਾਲਿਆਂ ਨੂੰ ਵੀ, ਮੈਂ ਤਾਂ ਅਮਰੀਕਾ ਵਾਲਿਆਂ ਨੂੰ ਵੀ ਗੁਜ਼ਾਰਿਸ਼ ਕਰਦਾ ਵੀ ਭਾਈ 18 ਸਾਲ ਤੱਕ ਆਪਣੇ ਬੱਚਿਆਂ ਨੂੰ ਸੁਵਿਧਾਵਾਂ ਉੱਥੇ ਲੈਣ ਤੋਂ ਬਾਅਦ ਇੱਥੇ ਇੰਡੀਆ 'ਚ ਆ ਜਾਓ, ਕਿਉਂਕਿ ਸਾਡੀਆਂ 18 ਸਾਲ ਤੋਂ ਬਾਹਰ ਸ਼ੁਰੂ ਹੁੰਦੀਆਂ। ਕੋਈ ਮੋਟਰਸਾਈਕਲ ਮਗਰੋਂ ਆ ਰਿਹਾ, ਲੈ ਜਹਾਜ਼ ਬਣਾਇਆ ਹੈ ਮੂਹਰੇ ਲਾਇਆ ਤਾ, ਪਿੱਛੇ ਨਹੀਂ ਕਰ ਸਕਦਾ ਤੂੰ ਇਹਨੂੰ? ਮੈਂ ਕਿਹਾ ਮਹਾਰਾਜ ਅਸੀਂ ਪਿੱਛੇ ਕਰ ਲੈ ਕੇ, ਛੋਟੇ ਬੰਦੇ ਆ, ਛੋਟੇ ਬੰਦੇ ਲਈ ਕੋਈ ਇੱਜ਼ਤ ਨਹੀਂ ਹੈ। ਲੀਡਰ ਵੀ, ਮੰਤਰੀ ਮੁੰਤਰੀ ਵੀ ਆਇਆ ਬੂਟ ਪਾਲਿਸ਼ ਕਰਵਾਉਣੇ ਕੇ ਲਈ? ਨਾ ਕੋਈ ਆਇਆ ਮਜ਼ਦੂਰੀ ਮਜ਼ਦੂਰੀ, ਉਹ ਲੀਡਰ ਪੀਡਰ ਹਮ ਤਾਂ ਉਸੇ ਕਹਿ ਦਿਆ ਕੇਸਰੀਵਾਲ ਕੋ, ਵੋਟ ਸਭ ਕੀ ਸਾਲ ਉਸੇ ਪਾਣੀ ਜੀ ਸਾਰੇ ਟੱਬਰ ਨੇ। ਹਾਂ, ਮਾਰੀ ਵੋਟ ਕਮ ਸੇ ਕਮ ਵੀ ਐਸੀ ਹੋਊਗੀ, ਮੇਰਾ ਖਿਆਲ ਹੋਊਗੀ 6-7 ਹਜ਼ਾਰ ਸਾਰੀ ਉਸ 'ਤੇ ਜਾ ਕੇ ਝਾੜੂ ਗਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ, ਅਤੇ ਮੈਂ ਜਗਦੀਪ ਸਿੰਘ ਥਲੀ ਹਾਂ। ਦੋਸਤੋ, ਸ਼ਹਿਰ ਖੰਨਾ ਦੇ ਵਿੱਚ ਪਹੁੰਚੇ ਹਾਂ, ਵਿਧਾਨ ਸਭਾ ਹਲਕਾ ਖੰਨਾ। ਅਤੇ ਇੱਥੋਂ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਵਿਧਾਨ ਸਭਾ 2022 ਦੇ ਲਈ, ਤਾਂ ਇੱਥੋਂ ਕਾਂਗਰਸ ਦੇ ਵੱਲੋਂ ਗੁਰਕੀਰਤ ਕੋਟਲੀ ਨੂੰ ਟਿਕਟ ਦਿੱਤੀ ਗਈ ਹੈ, ਆਮ ਆਦਮੀ ਪਾਰਟੀ ਦੇ ਵੱਲੋਂ ਤਰਨਪ੍ਰੀਤ ਸਿੰਘ ਸੋਨ ਸਾਹਿਬ ਨੂੰ ਟਿਕਟ ਦਿੱਤੀ ਗਈ ਹੈ, ਅਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਗੱਲ ਕਰੀਏ ਤਾਂ ਇੱਥੋਂ ਜਗਦੀਸ਼ ਕੌਰ ਯਾਦੂ ਨੂੰ ਟਿਕਟ ਜਿਹੜੀ ਦਿੱਤੀ ਗਈ ਹੈ, ਜਸਦੀਪ ਕੌਰ ਯਾਦੂ ਨੂੰ ਟਿਕਟ ਦਿੱਤੀ ਗਈ ਹੈ। ਸੋ ਜੇਕਰ ਗੱਲ ਕਰੀਏ ਆਪਾਂ ਸੰਯੁਕਤ ਕਿਸਾਨ ਮੋਰਚੇ ਦੀ, ਤਾਂ ਸੁਖਵੰਤ ਸਿੰਘ ਢਿੱਲੂ ਸਾਹਿਬ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ, ਬੀਜੇਪੀ ਤੋਂ ਗੁਰਪ੍ਰੀਤ ਸਿੰਘ ਭੱਟੀ ਇੱਥੋਂ ਉਮੀਦਵਾਰ ਨੇ। ਸੋ ਲੋਕ ਕੀ ਕਹਿੰਦੇ ਨੇ, ਲੋਕਾਂ ਦੀ ਪਸੰਦ ਦਾ ਲੀਡਰ ਕੌਣ ਹੈ, ਕਿਹਨੂੰ ਚੁਣਨਾ ਚਾਹੁੰਦੇ ਨੇ 2022 ਦੇ ਵਿੱਚ, ਕਿਹਨੂੰ ਉਹ MLA ਦੇ ਵਜੋਂ ਵੇਖਣਾ ਚਾਹੁੰਦੇ ਨੇ, ਖੰਨੇ ਤੋਂ ਕੌਣ ਵਿਧਾਨ ਸਭਾ ਦੇ ਵਿੱਚ ਜਾਵੇ, ਲੋਕ ਕੀ ਚਾਹੁੰਦੇ ਨੇ, ਪੁਰਾਣੇ ਜਿਹੜੇ ਲੀਡਰ ਨੇ ਜਾਂ ਫਿਰ ਗੁਰਕੀਰਤ ਕੋਟਲੀ ਜਿਵੇਂ ਕੈਬਨਿਟ ਮੰਤਰੀ ਵੀ ਨੇ, ਤਾਂ ਉਹਨਾਂ ਨੂੰ ਕੀ ਲੋਕ ਪਸੰਦ ਕਰਦੇ ਨੇ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੋਕ ਪਸੰਦ ਕਰਦੇ ਨੇ। ਵੈਸੇ ਮੇਰੇ ਪਿੱਛੇ ਤਾਂ ਆਈ ਲਵ ਮਾਈ ਖੰਨਾ ਲਿਖਿਆ ਹੋਇਆ ਹੈ, ਆਈ ਲਵ ਖੰਨਾ ਲਿਖਿਆ ਹੋਇਆ, ਪਰ ਕੀ ਖੰਨਾ ਦੇ ਲੋਕ ਲੀਡਰਾਂ ਨੂੰ ਪਸੰਦ ਕਰਦੇ ਨੇ, ਅਤੇ ਜੇਕਰ ਕਰਦੇ ਨੇ ਤਾਂ ਉਹ ਕਿਵੇਂ ਦੇ ਲੀਡਰਾਂ ਨੂੰ ਪਸੰਦ ਕਰਦੇ ਨੇ? ਚੱਲਦੇ ਹਾਂ ਜੀ ਫਿਰ ਲੋਕਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਹਾਂਜੀ, ਹਾਂ ਬਿਲਕੁਲ ਠੀਕ ਹੈ। ਕੀ ਨਾਮ ਹੈ ਜੀ? ਰਾਮ ਨਰੇਸ਼। ਰਾਮ ਨਰੇਸ਼ ਜੀ, ਕਿੰਨੇ ਚਿਰ ਤੋਂ ਰਿਕਸ਼ਾ ਚਲਾ ਰਹੇ ਹੋ? ਇਹ ਮੈਂ 20 ਸਾਲ ਸੇ ਲਮਸਮ ਹੈਗਾ ਜੀ। 20 ਸਾਲ ਹੋ ਗਏ, ਕੀ ਇੰਨੀ ਮਿਹਨਤ ਜਾਂ ਇੰਨਾ ਪ੍ਰੋਫਿਟ ਨਹੀਂ ਹੋਇਆ ਵੀ ਰਿਕਸ਼ੇ ਤੋਂ ਆਟੋ ਰਿਕਸ਼ਾ ਪਾ ਲੈਂਦੇ, ਜਾਂ ਇਹਦੇ 'ਚ ਬੱਚਤ ਹੈ? ਆਟੋ ਰਿਕਸ਼ਾ ਮੈਂ ਉਨੇ ਫਾਇਦੇ ਹੈ ਨਹੀਂ ਜੀ। ਅੱਛਾ, ਇਹਦੇ 'ਚ ਫਾਇਦਾ ਹੈਗਾ? ਹਾਂਜੀ, ਹਾਂ ਬਿਲਕੁਲ ਠੀਕ। ਉਹ ਦਿਹਾੜੀ ਪੈ ਜਾਂਦੀ ਹੈ? ਉਸ ਤੋਂ ਠੀਕ ਜ਼ਰੂਰ ਹੈ ਜੀ, ਉਸਮੇ ਤੋਂ ਖਰਚ ਹੈ। ਚੋਣਾਂ ਆ ਗਈਆਂ, ਵੋਟ ਵੀ ਪਾਉਂਦੇ ਹੋ? ਮੇਰਾ ਇਹ ਹੈ ਨਹੀਂ ਜੀ। ਕਿੱਥੇ ਪੈਂਦਾ ਤੁਹਾਡਾ? ਬਿਹਾਰ। ਬਿਹਾਰ? ਹਾਂਜੀ। ਕਿਹਨੂੰ ਪਾਈ ਸੀ ਬਿਹਾਰ ਪਾਉਣ ਗਏ ਸੀ ਵੋਟ? ਨਹੀਂ, ਅਭੀ ਮੇਰੇ ਇਹ ਹੈ ਨਹੀਂ ਜੀ। ਨਹੀਂ, ਜਦੋਂ ਸੀਗੀਆਂ ਉਦੋਂ? ਪਹਿਲੇ ਥਾ ਜੀ। ਜਬ ਥਾ ਤਬ ਡਾਲਨੇ ਗਏ ਥੇ? ਹਾਂ, ਉਸ ਟਾਈਮ ਡਾਲੇ ਹੋਏ ਥੇ ਜੀ। ਅੱਛਾ, ਕਿਸ ਕੋ ਡਾਲਾ ਥਾ? ਲਾਲੂ ਜੀ ਕੋ? ਨਿਤੀਸ਼ ਕੁਮਾਰ ਕੋ। ਅੱਛਾ, ਨਿਤੀਸ਼ ਜੀ ਕੋ ਡਾਲਾ ਥਾ। ਇਹ ਇਸ ਲਈ ਬੋਲ ਰਹੇ ਹਾਂ ਕਿਉਂਕਿ ਨਿਤੀਸ਼ ਜੀ ਨੇ ਫਿਰ ਸਰਕਾਰ ਬਣਾ ਲਈ। ਉਹ ਸਰਕਾਰ ਨਹੀਂ ਬਣਾ ਲਿਆ ਤਾਂ ਹਮ ਲੋਕ ਉਸੀ ਕੋ ਦੀਏ ਥੇ। ਅੱਛਾ, ਕਿਉਂ? ਕਿਉਂ? ਅੱਛਾ ਸਮਝ ਕੇ ਉਸ ਕੋ ਦੀਏ। ਅੱਛਾ ਸਮਝ ਕੇ। ਯਹਾਂ ਪੇ ਕਿਸ ਕੋ ਦੇਣੀ ਚਾਹੀਏ ਵੈਸੇ ਵੋਟ? ਯਹਾਂ ਤੋ ਮੇਰਾ ਹੈ ਨਹੀਂ, ਮੈਂ ਕੁਛ ਨਹੀਂ ਕਰ ਨਹੀਂ। ਵੈਸੇ ਮੈਂ ਕਿਸ ਕੋ ਦੂੰ ਭਾਈ? ਮੇਰਾ ਯਹਾਂ ਹੈ ਨਹੀਂ, ਮੈਂ ਕੈਸੇ ਕਰ? ਮੈਂ ਤੋ ਰਾਮ ਜੀ ਜੋ ਕਹੇਗੇ ਉਸ ਕੋ
डालना मैंने तो। नहीं बाबू ये तो मत है, ये अपनी मत है। सत श्रीकाल जी। सत श्रीकाल। की हाल है बापू जी? ठीक है जी। की नाम है जी तुहाडा? राम लखन। राम लखन जी रिक्शा चलाउंदे हो? हाँ जी। ते समोसा खा रहे हो, आनंद माण रहे हो? हाँ जी। हाँ वधिया जिंदगी गुजर रही है जी? जी हाँ। मेहनती लोगों की तो जिंदगी वधिया गुजरती है ना जी? हाँ जी। नींद भी वधिया आ जाती है जी। पर दुख की गल यह है भी मेहनती लोगों को पुछता कोई नहीं है। हाँ जी। बापू जी हुण तक पुछया किसी ने? किसी ने नहीं पुछया। ये समोसा अपने पैसे का खा रहे हो? बिल्कुल जी अपने पैसे का। होर कौन देने माड़ा? चोणा के दिन भी अपने पैसों के समोसे खाई जाने की करिए जब कोई नहीं सुनता? बिल्कुल पहला समोसा खा लो तुसी, कोई नहीं खा लो। होर मंगवाइए समोसा जी? की गल अज रोटी नहीं खाधी, समोसे नाल गुजारा कर रहे हो? रोटी खा ली। अच्छा ठीक है। स्वाद बनाया बापू जी समोसा? हाँ जी। कितों मंगाया सी जी? गुरुद्वारे को जी, टमाटी रोड। ठीक है। मैं भी बापू जी ने गड्डी परे बिस्तरा लाई रखा है, ये चरणजीत सिंह चन्नी वांगू। चोन प्रचार करोगे किसी का? करोगे किसी का बापू जी? मतलब किसी ने समर्थन कर दो किस पार्टी? किसी पार्टी करेंगे जी, जरा सानू करूंगा उन्होंने करोंगे। हूँ तक किसी ने किया तो? नहीं जी। अपनिया करके खाने वादे बड़े बड़े करते, असं गरीबों लिए कर देना, गरीबों लिए वो कर देना। मैं भी बह जाता थोड़े नाल। कोई ना पी लो खा लो आराम ना। देखो जी गरीबों के लिए वादे तो बड़े बड़े किए जाते हैं, पर गरीबों को पुछता कोई नहीं है। राम लखन जी रिक्शा चलाते ने खन्ना दे विच। सो गल असी पंजा चले गया, मैं मेरा नाले पेंशन वास्ते कागज लेके दौड़ी दौड़ी जाते हैं, इधर उधर दौड़ाई जाते हैं। उन्होंने सैन कराओ, उन्होंने कराओ। हूँ लगी नहीं पेंशन हले? ना जी। ये तो कहने जी खुशहाल करते असं हूँ जी। बापू जी की गल करते हो? थोड़ा पता ही चल जाना जरा करूँगा। नहीं तुम किन्ने गेड़े मारे, किन्ने धक्के खाने पे पेंशन लगाने के लिए? असं कम से कम तो 5-6 दफे जाया है, सारा कुछ वकील तो भी वो करा लिया दस्तखत। हाँ। नाले कमेटी ने नाले तिवारी साहब तो सब कुछ करा लिया। गुरकीरत कोटली जी नू मिले हो? नहीं जी नहीं, मैं मिलिया नहीं उन्होंने। फिर ये तो कहने जी हूँ साड़ी सरकार बना दो, हूँ खुशहाल कर देने। हूँ लगता हूँ खुशहाल करूँगा कोई? कोई नहीं जी, आप देख रहे हैं जी, थोड़े सामने ही है किड़ा करता किड़ा नहीं करता। हाँ जी भाई जी की हाल है जी? ठीक है जी। लाइन च खड़ाई जाते हो, लंगर लगे इतने? मैं क्या लाल चांदे कोई बयान लै रहे हैं इस करके, मगर अभी लाइन च खड़ के बयान दे सकते हैं। मैं क्या पता नहीं इधर समोसे बन रहे सारे भी लाइन च खड़ के ले। समोसे तो मुले लगने पैंदे जी। की करते हो जी तुसी? मैं भी रिक्शा चला जी। भाजी तुसी भी रिक्शा चलाने, कितनी मजदूरी बना लें? 200-250-150-100 गुजारा होंगे जी? हाँ जी करी जाने, टाइम पास थोड़ा कर लें। थोड़े नाल भी हो जाता, पर सरकार की जिम्मेवारी की बनती है मजदूरों के प्रति? जिम्मेवारी यह बनती है बई जोड़े मजदूर बंदे ने घट्टो घट 400-500 रुपए की इन्हों आमदन होनी चाहिए है। हूँ जो 400-500 की आमदन होगी, असं अच्छ दो रोटियां खाने, कल 4 भी खा सकते हैं। हूँ अभी दो नाल गुजारा करी जाने। उम्र कितनी होगी तुम्हारी? उम्र जी मेरी 65 साल की है। तुहाडे कोलों जदों तुसी रिक्शा चलाउंदे हो ढूं ढूं करदे लंघ जांदे होणे आ? हाँ जी हाँ। कदे कोई रुके किसी ने पुछया की नाम दस्सिया तुसीं? मेरा नाम जसवंत है जी। जसवंत जी नूं कदे पुछया किसी ने भी बाई इत्थों पसीने दे विच भी इस तरह करके तुसी रिक्शा चला रहे हो? हाँ जी। कोई कदे लीडर रुकया? कोई लीडर नहीं रुकदा जी। पुलिस वाले साइड नूं तां जरूर करदे होणे तुहानूं? हाँ जी। ये कहते ने साइड ते करो, ओए को गड्डी वाला मगरों तेज आ रहा, वो तैनूं दिखता नहीं? ओए मैं गड्डी लैके आ रहा कि वह कार च बैठा हुंदा है, असीं रक्षे च हुंदे, असीं मजदूर आ, उहदे कोल 4 लाख दी गड्डी हुंदी है, असीं उहनूं कुछ वह भी नहीं कह सकते, चाहे वह सानूं 2 गाला भी कढ दे। कोई मोटरसाइकिल मगरों आ रहा, लै जहाज बनाया है मुगले लाया था, पिछे नहीं कर सकता तू इनू? मैं कहा महाराज असं पिछे कर लेके, छोटे बंदे हैं, छोटे बंदे की कोई इज्जत नहीं है इस टाइम। वोट कर दे? वोट कर दे जी। तो की वेखते हो पिछे जिन्या वोटा कीतियां कीमत पई वोटा की? बहुत घट पई है। घट पई यानी कि थोड़ी पई है? थोड़ी पई। थोड़ी किन्नी की पई है तो की रही है? रही तो बहुत कुछ हैगा, मतलब कहता बी बदलाव चाहिए। बदलाव चाहिए, बदलाव च किनू देखते हो? बदलाव देखते हैं कि मतलब बई बाकी तो सारा देखे भी, अकाली भी देखे ने, कांग्रेसी भी देखे है,
ਭਈ ਬਾਕੀ ਦੇਖਦੇ ਆਗੇ ਫਿਰ ਬਾਕੀ ਦੇਖਦੇ ਆਗੇ ਬਦਲਾ ਕੀ ਹੈ ਬਦਲਾ ਦੇ ਰੂਪ ਦੇ ਵਿੱਚ ਕਿਹਨੂੰ ਦੇਖਦੇ ਹੋ ਤੁਸੀਂ ਵੈਸੇ ਭਗਵੰਤ ਮਾਨ ਨੂੰ ਦੇਖਦੇ ਆ ਭਗਵੰਤ ਮਾਨ ਨੂੰ ਤੇ ਉਹ ਝਾੜੂ ਵਾਲੇ ਉਹ ਦੂਜੇ ਵੀ ਤਾਂ ਆ ਰਹੇ ਆ ਜੀ ਹੁਣ SSM ਮੋਰਚੇ ਵਾਲੇ ਜੀ ਕਿਸਾਨ ਮੋਰਚੇ ਵਾਲੇ ਉਹ ਇੰਨੇ ਪਾਰ ਬੈਠ ਨਹੀਂ ਜਦੋਂ ਹੋਣਗੇ ਤਾਂ ਫਿਰ ਦੇਖਾਂਗੇ ਉਹਨਾਂ ਨੇ ਕੁਛ ਕਰਕੇ ਜੇ ਕੁਛ ਦਿਖਾਇਆ ਨਹੀਂ ਭਗਵੰਤ ਮਾਨ ਦਾ ਤਾਂ ਲੱਗਦਾ ਹੈਗਾ ਵੀ ਮਤਲਬ ਬਈ ਕੁਛ ਵਰਤੇ ਹੋਏ ਵੀ ਹੈਗੇ ਥੋੜ੍ਹਾ ਬੜਾ ਨਹੀਂ ਜੀ ਹਾਂਜੀ ਇੱਥੇ ਗੁਰਕੀਰਤ ਕੋਟਲੀ ਰਹੇ ਨੇ ਉਹਨਾਂ ਨੇ ਕੰਮ ਨਹੀਂ ਕੀਤੇ ਜੀ ਨਹੀਂ ਕੋਈ ਖਾਸ ਨਹੀਂ ਹੈਗਾ ਬਈ ਅੱਛਾ ਜੀ ਉਹ ਤਾਂ ਕਹਿੰਦੇ ਖੁਸ਼ਹਾਲ ਕਰਤਾ ਜੀ ਉਹ ਅਸੀਂ ਦੇਖਿਆ ਜੀ ਅਸੀਂ ਜਿੱਥੋਂ ਇੰਟਰਵਿਊ ਆਪਣੀ ਸ਼ੁਰੂ ਕਰ ਲਏ ਪ੍ਰੋਗਰਾਮ ਸ਼ੁਰੂ ਕੀਤਾ ਜੀ ਉੱਥੇ ਲਿਖਿਆ ਵਾ ਆਈ ਲਵ ਖੰਨਾ ਰੋਜ਼ ਸੁਣਦੇ ਆ ਲੈਨੋ ਪਾਰ ਲੈਨੋ ਪਾਰ ਰੋਜ਼ ਸੁਣਦੇ ਆ ਅੱਛਾ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਬਹੁਤ ਸ਼ੁਕਰੀਆ ਜੀ ਸੋ ਜ਼ਰੂਰ ਜੀ ਖੰਨੇ ਵਾਲੇ ਵੀ ਜਿਹੜੇ ਹੈਗੇ ਨੇ ਉਹ ਬਦਲਾਅ ਦੇਖ ਰਹੇ ਨੇ ਸੋ ਸਤਿ ਸ਼੍ਰੀ ਅਕਾਲ ਜੀ ਮੇਰੇ ਇੱਕ ਸਤਿ ਸ਼੍ਰੀ ਅਕਾਲ ਤਾਂ ਬੁਲਾ ਦਿਓ ਜੀ ਠੀਕ ਹੋ ਜੀ ਹਾਲ ਚਾਲ ਠੀਕ ਹੈ ਤੁਹਾਡਾ ਵਧੀਆ ਵਧੀਆ ਵੋਟ ਪਾਉਂਦੇ ਹੋ ਬਣੀ ਨਹੀਂ ਅਜੇ ਸਹੁਰੇ ਘਰ ਨਹੀਂ ਬਣੀ ਪੇਕੇ ਤਾਂ ਬਣੀ ਹੋਈ ਆ ਅੱਛਾ ਸਹੁਰੇ ਘਰ ਬਣੀ ਨਹੀਂ ਹੈਗੀ ਸਹੁਰੇ ਗੱਲਾਂ ਤਾਂ ਕਰਦੇ ਹੋਣ ਵੀ ਕਿਹਨੂੰ ਵੋਟ ਪਾਉਣੀ ਆ ਕਰਦੇ ਹੋਣਗੇ ਕਦੇ ਸੁਣਿਆ ਹੀ ਨਹੀਂ ਸੱਸ ਦੀਆਂ ਗੱਲਾਂ ਤਾਂ ਨੂੰ ਸੁਣਦੀ ਹੁੰਦੀ ਹੈ ਮੈਂ ਕਿਸੇ ਦੀਆਂ ਨਹੀਂ ਸੁਣਦੀ ਸੋ ਇਹ ਇਹੀ ਜੀ ਵੈਸੇ ਇੱਕ ਗੱਲ ਇਹ ਵੀ ਸਿੱਖਣ ਨੂੰ ਮਿਲਦੀ ਵੀ ਇਹੀ ਜੀ ਨੂੰ ਵੀ ਹੋਣੀ ਚਾਹੀਦੀ ਹੈ ਦੇਖੋ ਗੱਲਾਂ ਸੁਣਦੇ ਨਹੀਂ ਇਹ ਨਹੀਂ ਤਾਂ ਸੁਣਦੇ ਬਹੁਤ ਹੁੰਦੇ ਜੀ ਇਹਨਾਂ ਜੀ ਇਹ ਤਾਂ ਹੈਗਾ ਵਾ ਠੀਕ ਹੋ ਜੀ ਘਰਾਂ 'ਚ ਹਾਂਜੀ ਸਭ ਬਹੁਤ ਸ਼ੁਕਰੀਆ ਭੈਣੇ ਬਹੁਤ ਧੰਨਵਾਦ ਤੁਹਾਡਾ ਕੀ ਹਾਲ ਆ ਬਾਈ ਜੀ ਵਧੀਆ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਇੱਥੋਂ ਲੋਕਲ ਹੀ ਹੋ ਬਿਲਕੁਲ ਲੋਕਲ ਹੈ ਕੀ ਦੇਖਦੇ ਹੋ ਬਾਈ ਯੂਥ ਕੀ ਦੇਖਦਾ ਖੰਨੇ ਦਾ ਕਿੱਧਰ ਨੂੰ ਮਤਲਬ ਕਿ ਜਾਣਾ ਚਾਹੁੰਦੇ ਨੇ ਬਦਲਾਅ ਦੇਖਣਾ ਚਾਹੁੰਦੇ ਆ ਜਾਂ ਉਹ ਗੁਰਕੀਰਤ ਸਾਹਿਬ ਨੇ ਵਧੀਆ ਕੰਮ ਕੀਤੇ ਨੇ ਉਹਨਾਂ ਨੂੰ ਵੇਖਣਾ ਚਾਹੁੰਦੇ ਨਹੀਂ ਇਸ ਵਾਰ ਤਾਂ ਸੋਚ ਬਦਲਾਅ ਹੀ ਚਾਹੀਦਾ ਨਾ ਆਮ ਆਦਮੀ ਪਾਰਟੀ ਨੂੰ ਹੀ ਪੈਣਗੀਆਂ ਇਸ ਵਾਰ ਤਾਂ ਜੋ ਹੈ ਹਾਲਾਤ ਅੱਛਾ ਜੀ ਬੜੇ ਦਾਅਵੇ ਨਾਲ ਕਹਿ ਰਹੇ ਹੋ ਉਹ ਤਾਂ ਦਾਅਵਾ ਹੀ ਹੈ ਜੀ ਪੱਕਾ ਹੀ ਹੁਣ ਤਾਂ ਹਵਾ ਹੈਗੀ ਇੱਧਰ ਇੱਧਰ ਬਹੁਤ ਹਵਾ ਜੀ ਆਮ ਆਦਮੀ ਕਾਰਨ ਕੀ ਬਣਿਆ ਮਤਲਬ ਕਿ ਹਰ ਕੋਈ ਬਦਲਾਅ ਹੀ ਦੇਖਣਾ ਚਾਹੁੰਦਾ ਭਾਜੀ ਸਾਰੇ ਚੱਲਦੇ ਹੀ ਕੁਛ ਅਜਿਹਾ ਅਕਾਲੀ ਜਾਂ ਕਾਂਗਰਸ ਹੀ ਇਸ ਵਾਰ ਆਮ ਆਦਮੀ ਪਾਰਟੀ ਦਾ ਜ਼ਿਆਦਾ ਜ਼ੋਰ ਕਿਸਾਨਾਂ ਦੀ ਪਾਰਟੀ ਕਹਿੰਦੀ ਸਾਨੂੰ ਵੀ ਦੇਖ ਲਓ ਭਾਈ ਕਿਸਾਨਾਂ ਦੀ ਪਾਰਟੀ ਨੂੰ ਵੀ ਦੇਖ ਰਹੇ ਹਾਂ ਜ਼ਿਆਦਾ ਕਿਸਾਨ ਅੰਦੋਲਨ ਨੂੰ ਹਮਾਇਤ ਕਰਦੇ ਸੀ ਤੁਸੀਂ ਬਿਲਕੁਲ ਕਰਦੇ ਸੀਗੇ ਅਤੇ ਹੁਣ ਪਾਰਟੀ ਨੂੰ ਹਮਾਇਤ ਨਹੀਂ ਕਰਦੇ ਆਮ ਆਦਮੀ ਪਾਰਟੀ ਨੂੰ ਉਹਦਾ ਕਾਰਨ ਕੀ ਭਾਜੀ ਹੁਣ ਬਦਲਾਅ ਆਏ ਬਸ ਵੀ ਭਗਵੰਤ ਮਾਨ ਦਾ ਹੀ ਚਾਂਸ ਆ ਜ਼ਿਆਦਾ ਲੱਗਦਾ ਭਗਵੰਤ ਕੁਛ ਕਰੇਗਾ ਜੀ ਬਿਲਕੁਲ ਕਰੂਗਾ ਜੀ ਸੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਕੀ ਨਾਮ ਹੈ ਸਰ ਮੇਰਾ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਜੀ ਇੱਥੋਂ ਲੋਕਲ ਹੋ ਜੀ ਲੋਕਲ ਅਤੇ ਵੀਰ ਵੋਟ ਬਣ ਗਈ ਤੁਹਾਡੀ ਨਹੀਂ ਵੀਰੇ ਕਿੰਨੀ ਉਮਰ ਹੋ ਗਈ 15 ਸਾਲ ਹੈ ਜੀ ਵਾਲਾ ਯਾਰ ਹਾਂਜੀ ਕਿੰਨੇ ਸਾਲ ਤੋਂ ਬਾਅਦ ਬਣਦੀ ਵੋਟ 18 ਤੋਂ ਜੀ ਅਤੇ ਅੱਜ ਕੀ ਕਰਨਾ ਹੈ ਜੀ ਬਸ ਅਸੀਂ ਸ਼ੋਪਿੰਗ ਕਰਨ ਆਏ ਅੱਜ ਚੋਣਾਂ ਨੇ ਜੀ ਨੇੜੇ ਤੱਕ ਕੀ ਦੇਖਦੇ ਹੋ ਖੰਨੇ ਦੇ ਵਿੱਚ ਵਿਕਾਸ ਹੋਇਆ ਜੀ ਖੰਨੇ ਦੇ ਵਿੱਚ ਵਿਕਾਸ ਕਾਫੀ ਜਗ੍ਹਾ 'ਤੇ ਹੋ ਗਿਆ ਕਾਫੀ ਜਗ੍ਹਾ ਵਧੀਆ ਬਣ ਗਈਆਂ ਨੇ ਵਿਕਾਸ ਬਹੁਤ ਹੋਇਆ ਪਰ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਜੋ ਵੀ ਹੁਣ ਸਰਕਾਰ ਆਊਗੀ ਉਹ ਵੀ ਵਧੀਆ ਕਰੂਗੀ ਅਤੇ ਵਧੀਆ ਕਰਨਾ ਚਾਹੀਦਾ ਅਤੇ ਹੁਣ ਕੀ ਚਾਹੁੰਦੇ ਹੋ ਅਤੇ ਮਤਲਬ ਕਿ ਜਾਂ ਕੀ ਦੇਖਦੇ ਹੋ ਵੀ ਇੱਕ ਕੋਈ ਵਿਧਾਇਕ ਬਦਲਣਾ ਚਾਹੀਦਾ ਕਿਉਂਕਿ ਕੋਟਲੀ ਸਾਹਿਬ ਨੂੰ ਰਿਪੀਟ ਕੀਤਾ ਗਿਆ ਜਾਂ ਗੁਰਕੀਰਤ ਕੋਟਲੀ ਦੁਬਾਰਾ ਹੁਣ ਹਾਂ ਗੁਰਕੀਰਤ ਕੌਰ ਦੁਬਾਰਾ ਆ ਜਾਣ ਠੀਕ ਹੈ ਵਧੀਆ ਠੀਕ ਹੈ ਜੀ ਅਤੇ ਆਲ ਓਵਰ ਸਰਕਾਰ ਨੂੰ ਕਿਵੇਂ ਵੇਖਦੇ ਹੋ ਕਿ ਸਰਕਾਰ ਕਾਂਗਰਸ ਦੀ ਰਹੇ ਸਰਕਾਰ ਤਾਂ ਜੀ ਹੁਣ ਕੁਛ ਨਹੀਂ ਕਹਿ ਸਕਦੇ ਕੋਈ ਪਾਰਟੀਆਂ ਬਹੁਤ ਬਣ ਚੁੱਕੀਆਂ ਹੁਣ ਪਾਰਟੀ ਤਾਂ ਆਪਾਂ ਹੁਣ ਨਹੀਂ ਜਾਣੀ ਵੀ ਕਿਹੜੀ ਸਰਕਾਰ ਆਏਗੀ ਇੱਕ ਆਪਣਾ ਵੀ ਰੁਝਾਨ ਹੁੰਦਾ ਨਾ ਜੀ ਆਪਣਾ ਰੁਝਾਨ ਤਾਂ ਇਹੀ ਆ ਕਿ ਵੀ ਕਾਂਗਰਸ ਪਾਰਟੀ ਆ ਰਹੀ ਆ ਵੀ ਆਉਣੀ ਚਾਹੀਦੀ ਹੈ ਆਉਣੀ ਚਾਹੀਦੀ ਅਤੇ ਪਿੱਛੇ ਉਹਨਾਂ ਨੇ ਕੋਈ ਕੰਮ ਕੀਤੇ ਲੋਕ ਤਾਂ ਕਹਿੰਦੇ ਵੀ 4.5 ਸਾਲ ਡੱਕਾ ਨਹੀਂ ਤੋੜਿਆ ਬਾਅਦ ਦੇ ਵਿੱਚ ਕੈਪਟਨ ਨੂੰ ਲਾ ਕੇ ਬੱਲੇ ਬੱਲੇ ਕਰ ਰਹੇ ਉਹ ਕੈਪਟਨ ਨੂੰ ਲਾ ਕੇ ਫਿਰ ਜੋ ਚੰਨੀ ਸਾਹਿਬ ਨੇ ਕੰਮ ਕੀਤੇ ਨੇ ਵਧੀਆ ਕੀਤੇ ਨੇ ਜਿੰਨਾ ਚਿਰ ਕੀਤੇ ਨੇ ਅਤੇ ਕਿਉਂਕਿ ਉਹਨਾਂ ਕੋਲ ਟਾਈਮ ਘੱਟ ਸੀ ਟਾਈਮ ਘੱਟ ਸੀ ਟਾਈਮ ਘੱਟ ਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਜਿੰਨਾ ਕੁ ਹੋਇਆ ਉਹਨਾਂ ਤੋਂ ਕਰਿਆ ਕਿਨੇ ਕੁ ਥੋੜ੍ਹੇ ਦਿਨਾਂ ਦੇ ਵਿੱਚ ਕਿਸੇ ਨੂੰ ਆਪਾਂ ਖੁਸ਼ ਨਹੀਂ ਕਰ ਸਕਦੇ ਮੁੱਖ ਮੰਤਰੀ ਚੰਨੀ ਸਾਹਿਬ ਹੀ ਹੋਣੇ ਚਾਹੀਦੇ ਚੰਨੀ ਸਾਹਿਬ ਹੋਣੇ ਪਰ ਚੰਨੀ ਸਾਹਿਬ ਤਾਂ ਇਹ ਕਹਿੰਦੇ ਨੇ ਉਹ ਕਹਿੰਦੇ ਯਾਰ ਤੁਸੀਂ ਮੈਨੂੰ ਮਰਾਉਣਾ ਮੈਂ ਤਾਂ 111 ਦਿਨਾਂ 'ਚ ਦੇਖਿਆ ਨਹੀਂ ਮੇਰੇ 'ਤੇ ਰੇਡਾਂ ਮਰਾਉਂਦੇ ਉਹ ਤਾਂ ਚਲੋ ਐਂ ਆ ਜੇ ਐਪੋਜੀਸ਼ਨ ਪਾਰਟੀਆਂ ਕਰਦੀ ਹੁੰਦੇ ਨੇ ਆਪਾਂ ਨੂੰ ਤਾਂ ਇਹ ਆ ਵੀ ਸਰਕਾਰਾਂ ਵਧੀਆ ਬਣਨ ਵਧੀਆ ਵਿਕਾਸ ਕਰਨ ਆਪਣਾ ਤਾਂ ਸਾਰਿਆਂ ਵਾਸਤੇ ਇੱਕੋ ਚੀਜ਼ ਆ ਵੀਰ ਬਹੁਤ ਦੂਰ ਖੜ ਗਿਆ ਤੂੰ ਆ ਜਾ ਭਰਾ ਆ ਜਾ ਮੇਰੇ ਵੀਰ ਨਹੀਂ ਪੁੱਛਦੇ ਤੇ ਤੋਂ ਕੁਛ ਆ ਜਾ ਮੇਰਾ ਭਰਾ ਹੱਥ ਤਾਂ ਮਿਲਾ ਲੈ ਯਾਰ 15 ਸਾਲ ਦਾ ਗੱਭਰੂ ਹੈ ਤੂੰ ਪੱਗ ਇੰਨੀ ਘੈਂਟ ਬੰਨੀ ਹੋਈ ਹੈ ਕਿੱਥੋਂ ਦੀ ਕੀ ਪੱਗ ਆਪਣੇ ਆਪ ਹੀ ਹੈ ਜੀ ਅਤੇ ਬਾਪੂ ਜੀ ਕਹਿੰਦੇ ਆ ਕਾਂਗਰਸ ਦੀ ਸਰਕਾਰ ਆਉਣੀ ਚਾਹੀਦੀ ਆ ਹੁਣ ਇਸ ਵਾਰ ਅੱਛਾ ਜੀ ਅਤੇ ਮੰਨਦੇ ਬਾਈ ਪਤਾ ਨਹੀਂ ਜਾਂ ਕੋਈ ਹੋਰ ਦੇਖਦੇ ਹੋ ਤੁਸੀਂ ਚਲੋ ਵੋਟ ਤਾਂ ਨਹੀਂ ਬਣੀ ਵੈਸੇ ਕਿਹਦੀ ਸਰਕਾਰ ਆਉਣੀ ਚਾਹੀਦੀ ਆ ਭਰਾ ਮੇਰੇ ਕਾਂਗਰਸ ਵਾਲੇ ਜੀ ਕਾਂਗਰਸ ਵਾਲੇ ਮੂਸੇ ਵਾਲਾ ਜੀ ਇੱਧਰ ਮੂਸੇ ਵਾਲਾ ਜੀ ਮੂਸੇ ਵਾਲਾ ਮੂਸੇ ਵਾਲਾ ਤਾਂ ਉੱਤੇ ਖੜਾ ਹੀ ਨਹੀਂ ਯਾਰ ਕਾਂਗਰਸ ਵਾਲੇ ਵੱਲ ਜੀ ਅੱਛਾ ਜੀ ਤਾਂ ਹੀ ਉਹ ਕਹਿੰਦੇ ਸੀ ਉੱਥੇ ਵੀ ਮੂਸੇ ਵਾਲੇ ਦੇ ਜਿਹੜੇ ਕਹਿੰਦੇ ਉਹਦੇ ਫੈਨ ਆ ਜਿਹੜੇ ਉਹ ਤਾਂ 15-15 ਸਾਲ ਦੇ ਉਹਨਾਂ ਦੀ ਵੋਟ ਬਣੀ ਨਹੀਂ ਹੋਈ ਇੱਕ ਫੈਨ ਆਹ ਮਿਲ ਗਿਆ ਸਾਨੂੰ ਹਾਂਜੀ
ਪੇਜ ਲਾਈਕ ਕਰਿਆ ਹੋਇਆ ਮੂਸੇ ਵਾਲੇ ਦਾ? ਹਾਂਜੀ ਹਾਂਜੀ, ਗਾਣੇ ਸਾਰੇ ਯਾਦ ਆ। ਚੱਲ ਸੁਣਾ ਫਿਰ ਇੱਕ। ਐਵੇਂ ਨਹੀਂ ਸੁਣਾਏ ਜਾਣੇ ਜੀ, ਸੰਘ ਆਉਂਦੀ ਹੈ ਜੀ, ਥੱਲੇ ਨੇ ਮੂੰਹ ਕਰਕੇ ਸੁਣਾ ਦੇ ਫਿਰ। ਸੋ ਵੀਰ ਥੋੜ੍ਹਾ ਸ਼ਰਮਾਉਂਦਾ ਹੈ ਜੇ 15 ਸਾਲ ਦੀ ਉਮਰ ਹੈ ਕਹਿੰਦਾ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਜੀ? ਹਾਂਜੀ ਵਧੀਆ। ਵੋਟ ਬਣੀ ਹੋਈ ਜੀ? ਹਾਂ ਬਣੀ। ਅਤੇ ਪਾਉਂਦੇ ਹੋ? ਪਾਉਂਦੇ ਹਾਂ। ਅਤੇ ਕੀ ਦੇਖਦੇ ਹੋ ਹੁਣ ਫਿਰ ਆ ਗਈਆਂ ਚੋਣਾਂ ਜੀ? ਪਾਉਂਗੇ ਪਾਉਂਗੇ। ਕਿਹਨੂੰ ਵੇਖਦੇ ਹੋ ਇਸ ਵਾਰ? ਇਹ ਨਹੀਂ ਦੱਸਣਾ ਹੈਗਾ, ਮੰਚ ਹੈਗਾ। ਚਲੋ ਮੈਂ ਪਾਰਟੀ ਨਾ ਦੱਸੋ ਵੀ ਸਰਕਾਰ ਕਿਹਦੀ ਦੇਖਦੇ ਹੋ, ਜਾਂ ਕੁਛ ਮਨ ਦੇ ਵਿੱਚ ਇਹ ਵੀ ਹੁੰਦਾ ਵੀ ਯਾਰ ਇਸ ਤਰ੍ਹਾਂ ਦੇ ਕੰਮ ਹੋਏ ਖੰਨੇ ਦੇ ਵਿੱਚ ਜਾਂ ਹੋਣੇ ਚਾਹੀਦੇ ਆ? ਮਤਲਬ ਕਿ ਵਿਕਾਸ ਦੀ ਗੱਲ ਕਰੀਏ ਜੇ ਤਾਂ ਹੋਇਆ ਵਿਕਾਸ? ਬੰਦਾ ਨਵਾਂ ਲਾਉਣਾ ਆਪਣਾ, ਬਸ ਗੱਲ ਕਰਦਾ ਬਾਈ। ਬਸ ਸੋ ਇੱਕ ਸਨਾਤੀ ਬੰਦਾ ਲਿਆਉਣਾ ਨਵਾਂ ਐਨ ਕੱਢ ਕੇ। ਕੰਮ ਕਾਰ ਠੀਕ ਚੱਲੀ ਜਾਂਦਾ ਜੀ? ਹੈ ਹੀ ਨਹੀਂ ਕੰਮ ਕਾਰ, ਤਾਂ ਹੀ ਬੰਦਾ ਨਵਾਂ ਲਿਆਉਣ ਨੂੰ ਫਿਰਦੇ ਆ ਜੀ। ਕੰਮ ਕਾਰ ਹੈ ਹੀ ਹੋ ਨਹੀਂ। ਇਹ ਕੰਮ ਕਾਰ ਜਿਹੜਾ ਘਟਣ ਦਾ ਕਾਰਨ ਭਾਅ ਜੀ, ਇਹ ਸਰਕਾਰਾਂ ਦਾ ਕਾਰਨ ਹੋਇਆ ਜਾਂ ਫਿਰ ਜਿਹੜਾ ਕਰੋਨਾ ਕਹਿੰਦੇ ਆ ਵੀ ਕਰੋਨਾ ਆ ਗਿਆ ਜੀ ਉਹਦੇ ਕਰਕੇ ਹੋਏ ਘੱਟ ਜੀ? ਕਰੋਨਾ ਹੈ ਹੀ ਨਹੀਂ, ਲੋਕਾਂ ਨੇ ਖੁਦ ਬਣਾਇਆ ਵਾ, ਦਿਨ ਆਪਣੇ ਦਿਨ ਜਬ ਚੱਕ ਲਿਆ ਉਹ। ਪਰ ਜਿਹੜੇ ਜਦੋਂ ਕਰੋਨਾ ਆਇਆ ਸੀ ਜੀ ਉਦੋਂ ਤਾਂ ਆਕਸੀਜਨ ਵੀ ਨਹੀਂ ਮਿਲਦੀ ਸੀਗੀ, ਅਤੇ ਉਦੋਂ ਆਪਾਂ ਦੇਖਿਆ ਬੈੱਡ ਸਭ ਕੁਝ ਮਿਲਦਾ, ਸਭ ਮਿਲਦਾ। ਦੁਕਾਨ ਦਾ ਕੀ ਨਾਮ ਹੈ ਜੀ? ਦੁਕਾਨ ਦਾ ਨਾਂ ਤਾਂ ਨਾਂ ਰੱਖਿਆ ਨਹੀਂ ਸੀ, ਨਾਂ ਨਹੀਂ ਰੱਖਿਆ ਨਾਮ। ਸੋ ਇਹ ਜੀ ਗੁਪਤਦਾਨ ਨਹੀਂ ਕਹਿੰਦੇ ਹੁੰਦੇ ਆਪਾਂ ਇੱਕ? ਸੋ ਗੁਪਤਾ ਜੀ ਦੀ ਦੁਕਾਨ ਤੋਂ ਆ ਕੇ ਤੁਸੀਂ ਜਦੋਂ ਮਰਜ਼ੀ ਸਭ ਕੁਝ ਲੈ ਜਾਓ, ਇਹ ਕਹਿੰਦੇ ਸਭ ਕੁਝ ਮਿਲਦਾ ਕਰੋਨਾ ਦੇ ਦਿਨਾਂ 'ਚ ਵੀ। ਸੋ ਜ਼ਰੂਰ ਆਇਓ ਬਾਈ, ਗੁਪਤ ਜੀ ਤੋਂ ਆਪਾਂ ਨੇ ਗੁਪਤਾ ਜੀ ਕਰਤਾ ਤੁਹਾਡਾ ਨਾਮ, ਠੀਕ ਹੈ ਭਾਅ ਜੀ? ਥੈਂਕ ਯੂ, ਠੀਕ ਹੋ ਜੀ? ਵੋਟ ਪਾਉਣੀ ਬਾਈ ਜੀ? ਵੋਟ ਕਿਉਂ ਨਹੀਂ ਪਾਵਾਂ, ਪਾਵਾਂਗੇ ਯਾਰ। ਪਹਿਲਾਂ ਪਾਉਂਦੇ ਰਹੇ ਹੋ? ਹਾਂ ਹਾਂ ਪਾਉਂਦੇ ਰਹੇ ਹਾਂ। ਤੁਹਾਡੀ ਵੋਟ ਨਾਲ ਹੀ ਜਿੱਤਦੇ ਰਹੇ ਇੱਥੇ MLA? ਇਹ ਸਾਨੂੰ ਨਹੀਂ ਪਤਾ ਵੀ ਕਿਹਦੀ ਵੋਟ ਨਾਲ ਜਿੱਤਣੇ। ਅਤੇ ਬਦਲਾਅ ਦੇਖਦੇ ਹੋ ਬਾਈ? ਹਾਂ ਬਦਲਾਅ ਹੈਗਾ। ਹੈਗਾ? ਹਾਂ। ਕਿੱਥੇ ਪਿਆ? ਆਮ ਆਦਮੀ ਪਾਰਟੀ। ਅੱਛਾ, ਆਮ ਆਦਮੀ ਪਾਰਟੀ ਨੂੰ ਜਿਤਾਉਣਾ? ਕੋਟਲੀ ਸਾਹਿਬ ਨੂੰ ਨਹੀਂ? ਨਹੀਂ। ਕਿਉਂ, ਕੰਮ ਨਹੀਂ ਕੀਤੇ ਉਹਨਾਂ ਨੇ? ਕੰਮ ਕੀਤੇ ਨਹੀਂ, ਸੜਕਾਂ ਦੇਖ ਲਓ, ਕੋਈ ਵੀ ਕੰਮ ਦੇਖ ਲਓ, ਸੜਕਾਂ ਦੇਖ ਲਓ, ਕੁਛ ਵੀ ਦੇਖ ਲਓ। ਉਹ ਤਾਂ ਕਹਿੰਦੇ ਬਹੁਤ ਵਿਕਾਸ ਕੀਤਾ ਯਾਰ ਕਾਂਗਰਸ ਨੇ। ਇਹ ਉਹਨਾਂ ਨੂੰ ਪਤਾ ਨਹੀਂ ਕੀਤਾ ਹੋਣਾ। ਚੰਨੀ ਸਾਹਿਬ ਤਾਂ ਕਹਿੰਦੇ ਕਿਆ ਗੱਲ ਕਰਦੇ ਹੋ ਯਾਰ। ਬਿਲਕੁਲ ਸਹੀ ਆ, ਸਹੀ ਗੱਲ ਕਰਦੇ ਹਾਂ। ਪਤਾ ਹੁਣ ਨਵੀਂ ਪਾਰਟੀ ਆਊਗੀ, ਨਵਾਂ ਉਹਨੂੰ ਟਾਈਮ ਦੇਵਾਂਗੇ, ਉਹਨੂੰ ਉਹਦੀ ਗੱਲ ਬਾਤ ਦੇਖਾਂ ਕੀ ਕਰਦਾ ਉਹ। ਬਹੁਤ ਸਾਰੇ ਕਿਸਾਨਾਂ ਦੀ ਪਾਰਟੀ ਵੀ ਨਵੀਂ ਆ ਰਹੀ ਹੈ ਜੀ, ਉਹਨਾਂ ਨੂੰ ਕਿਉਂ ਨਹੀਂ? ਕਿਸਾਨਾਂ ਦੀ ਪਾਰਟੀ ਵੀ ਆ ਰਹੀ ਹੈ, ਉਹਦੇ ਬਾਰੇ ਕੋਈ ਨੌਲੇਜ ਨਹੀਂ ਵੀਰ ਆਪਾਂ ਨੂੰ। ਅੱਛਾ, ਕਿਸਾਨਾਂ ਦਾ ਪਤਾ ਹੀ ਨਹੀਂ ਹਲੇ? ਉਹਨਾਂ ਦੀ ਨੌਲੇਜ ਨਹੀਂ। ਇੱਥੇ ਤਾਂ ਸੁਖਵੰਤ ਸਿੰਘ ਢਿੱਲੂ ਸਾਹਿਬ ਨੂੰ ਟਿਕਟ ਦੇ ਦਿੱਤੀ ਉਹਨਾਂ ਨੇ, ਫਿਰ ਦੇਖਦੇ ਹਾਂ ਕੀ ਕਰੂ। ਹਾਂਜੀ, ਕਿਸਾਨਾਂ ਦਾ ਕੁਝ ਚੋਣ ਨਿਸ਼ਾਨ ਤਾਂ ਮਿਲਣਾ ਜੀ। ਅੱਛਾ, ਕਿਸਾਨਾਂ ਦੀ ਠੀਕ ਆ, ਉਹਨਾਂ ਨੂੰ ਇਹ ਪਾਵਾਂਗੇ ਕਿ ਨਿਊ ਨੂੰ ਆਪਾਂ ਮੌਕਾ ਦੇਣਾ ਚਾਹੀਦਾ। ਹੁਣ ਬਾਅਦ ਕਾਂਗਰਸ ਵੀ ਦੇਖ ਲਈ, ਅਕਾਲੀ ਵੀ ਦੇਖ ਲਏ ਨੇ, ਬਟ ਹੁਣ ਝਾੜੂ ਸੀ, ਬਟ ਹੁਣ ਜੇ ਕਿਸਾਨਾਂ ਦੀ ਹੈ ਤਾਂ ਫਿਰ ਕਿਸਾਨਾਂ ਨੂੰ ਇਹ ਪਾਵਾਂਗੇ ਨਾ। ਕਿਸਾਨ ਝਾੜੂ ਨੂੰ ਉਹ ਆਪਣੋ ਆਪਣੀ ਥਿੰਕਿੰਗ ਹੈ, ਆਪਾਂ ਕਿਸੇ ਨੂੰ ਕੰਪਲਸਰੀ ਨਹੀਂ ਕਰ ਸਕਦੇ, ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ, ਡੈਮੋਕ੍ਰੇਸੀ ਹੈ। ਹਾਂ ਜੀ, ਜੇ ਕੋਈ ਨਵਾਂ ਕੋਈ ਆ ਰਿਹਾ ਉਹਨੂੰ ਮੌਕਾ ਦਿਓ, ਠੀਕ ਹੈ ਨੀ? ਇਹਨਾਂ ਦਾ ਵੀ ਦੇਖ ਲਾ, ਇਹਨਾਂ ਵੀ ਦੇਖ ਲੈਂਦੇ ਹਾਂ, ਇਹ ਚੀਜ਼ ਚਾਹੀਦੀ ਆ। ਸਹੀ ਗੱਲ ਹੈ, ਮੈਂ ਆਜ਼ਾਦ ਖੜ ਜਾਂਦਾ ਭਾਅ ਜੀ, ਫਿਰ ਖੜ ਜਾ, ਤੈਨੂੰ ਦੇ ਦਾਂਗੇ ਮੌਕਾ। ਸ਼ੁਕਰੀਆ ਜੀ। ਹਾਂਜੀ, ਕਿੰਨੀ ਉਮਰ ਹੋ ਗਈ ਬੇਟੇ? 18। 18 ਸਾਲ? ਹਾਂਜੀ, ਫਸਟ ਟਾਈਮ ਵੋਟ। ਕਿੰਨਾ ਕਿ ਚੋ ਚੜਿਆ ਵਾ? ਵੋਟ ਪਾਉਂਦਾ ਪਹਿਲੀ ਵਾਰ? ਨਹੀਂ, ਕੋਈ ਚਾ ਨਹੀਂ। ਕਿਉਂ ਨਹੀਂ? ਕਿਉਂ? ਬਿਕੋਜ਼ ਆਫ ਪੋਲਿਟਿਕਸ। ਅੱਛਾ, ਕੀ ਲੱਗਦਾ ਹੁਣ ਤੁਸੀਂ ਜੇ ਨਵੇਂ ਨਵੇਂ ਪਹਿਲੀ ਵੋਟ ਪਾਉਣੀ ਹੈ ਤੇ ਪਹਿਲੀ ਵੋਟ ਕਿਹਨੂੰ ਪੈਣੀ ਚਾਹੀਦੀ ਆ, ਜਾਂ ਕਿਵੇਂ ਦਾ ਉਹ ਨੇਤਾ ਹੋਣਾ ਚਾਹੀਦਾ ਜਿਹਨੂੰ ਤੁਹਾਡੀ ਵੋਟ ਜਾਵੇ? ਲਾਈਕ ਡਿਵੈਲਪਮੈਂਟ ਹੋਵੇ ਜਿਹੜੀ ਕਿ ਹੋਰ ਕਿਸੇ ਪਾਰਟੀ ਨੇ ਅੱਜ ਤੱਕ ਕੀਤੀ ਨਹੀਂ ਆ। ਮਤਲਬ ਡਿਵੈਲਪਮੈਂਟ ਕਿਹਨੂੰ, ਡਿਵੈਲਪਮੈਂਟ ਕਿਹਨੂੰ ਕਹਿੰਦੇ ਹੋ ਤੁਸੀਂ? ਵਿਕਾਸ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਉਹ ਵਿਕਾਸ ਅਸਲ ਦੇ ਵਿੱਚ ਹੈ, ਪਰਿਭਾਸ਼ਾ ਕੀ ਹੈ ਵਿਕਾਸ ਦੀ? ਬੇਸਿਕਲੀ ਐਜੂਕੇਸ਼ਨ ਐਂਡ ਹੋਸਪਿਟੈਲਿਟੀ। ਮਤਲਬ ਕਿ ਹੋਸਪਿਟੈਲਿਟੀ ਤੇ ਐਜੂਕੇਸ਼ਨ ਦੇ ਬੇਸਿਕ ਨੀਡਸ ਨੇ ਇਹ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਗਲੀ ਦੇ ਵਿੱਚ ਚਾਰ, ਗਲੀ ਦੇ ਵਿੱਚ ਵਧੀਆ ਇੰਟਰਲੋਕ ਟਾਈਲ ਲਾਤੀ, ਉਹਨੂੰ ਵਿਕਾਸ ਨਹੀਂ ਮੰਨਦੇ ਹੋ? ਠੀਕ ਹੈ, ਮਤਲਬ ਉਹ ਅਲੱਗ ਆ, ਬਟ ਜਿਹੜੀ ਮੇਨ ਬੰਦੇ ਦੀ ਜਦ ਹੈਲਥ ਠੀਕ ਹੋਊਗੀ, ਬੰਦੇ ਨੂੰ ਐਜੂਕੇਸ਼ਨ ਮਿਲ ਰਹੀ ਆ, ਦੈਟ ਇਜ਼ ਦਾ ਬੈਸਟ। ਠੀਕ ਹੈ, ਰੋਡਸ ਬਣ ਗਈਆਂ, ਟਰਾਂਸਪੋਰਟ ਫੈਸਿਲਿਟੀਜ਼ ਨੇ, ਠੀਕ ਹੈ, ਬਟ ਮੇਨ ਇਜ਼ ਦਾ ਹੋਸਪਿਟੈਲਿਟੀ। ਇਹ ਚੀਜ਼ਾਂ ਲੀਡਰਾਂ ਨੂੰ ਵੀ ਜ਼ਰੂਰ ਸਿੱਖਣੀਆਂ ਚਾਹੀਦੀਆਂ। ਦੇਖੋ, ਅਜੇ ਪਹਿਲੀ ਵੋਟ ਪਾਉਣੀ ਆ, ਪਰ ਇਹ ਅਸਲੀ ਪਰਿਭਾਸ਼ਾ ਕੁੜੀ ਦੱਸ ਰਹੀ ਹੈ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਪਵਨਪ੍ਰੀਤ। ਹਾਂਜੀ, ਪਵਨਪ੍ਰੀਤ। ਪਵਨਪ੍ਰੀਤ, ਹਾਂਜੀ, ਕਿੱਥੋਂ ਤੁਸੀਂ? ਲੋਕਲ ਹੀ ਆ। ਖਰੇ ਲੋਕਲ ਹੀ ਹੋ, ਅਤੇ ਹੁਣ ਕੀ ਚਾਹੁੰਦੇ ਹੋ, ਬਦਲਾਅ ਚਾਹੁੰਦੇ ਹੋ ਤੁਸੀਂ? ਹਾਂਜੀ, ਬਦਲਾਅ ਇਨ ਦਾ ਸੈਂਸ ਵੀ, ਮਤਲਬ ਮੇਨਲੀ ਜਿਹੜੇ
एक ना लाइक जिदा डिफरेंस क्रिएट हो गया पुअर पीपल एंड रिच का, मतलब इक्वैलिटी नहीं आ। ठीक है, आप जो रिच की गल करते हैं कि हाँ मतलब सिर्फ पुअर न ही फैसिलिटीज देनिया ने, बट जबकि टैक्स तो रिच पे कर रहे हैं ना, उन्होंने भी दवो, उन्होंने भी फ्री एजुकेशन मिलनी चाहिए, उन्होंने भी फ्री हॉस्पिटैलिटी, मीनस ऑल शुड बी ट्रीटिड इक्वली, है ना। मतलब कि इंपॉर्टेंस आई नहीं है कि सिर्फ आप पुअर पीपल दे रहे हैं, वो ये चीज़ लिए होने करके हर एक ये कह रहा कि मैं एस सी हो जावां, ईवन कि इतने एवें हो रहा कि लोग अपने डुप्लीकेट एस सी जो फॉर्म्स होंगे ने क्रिएट कर लग गए, मतलब कि सानू जातां पातां च ना वंडिया जाए, सानू अमीर गरीब च ना वंडिया जाए, सानू धर्म के नाँ ते ना वंडिया जाए, है ना। जे आप ही वैस्टर्न कल्चर अडोप्ट कर रहे हैं तो उन्हें चंगी तरह अडोप्ट करो, जे आप अडोप्ट कर रहे हैं तो मतलब जिहड़ियां उन्हां दियां हॉस्पिटैलिटी वालियां हो गई, बाकी एजुकेशन वालियां हो गई, मीनस लगता अडोप्ट कर रहे हैं आप फॉरन दे विच ते 18 साल तक बच्चे नूं सुविधावां दित्तियां जांदियां, ते मैं तो फॉरन वालियां नूं भी, मैं तो अमरीका वालियां नूं भी गुजारिश करदा भी भाई 18 साल तक अपने बच्चों नूं सुविधावां उत्थे लै लैण तों बाद इत्थे इंडिया च आ जाओ, क्योंकि साडियां 18 साल तों बाहर शुरू होंदियां 18 साल तो बाद भी नहीं, है ना। इतने कहने भी 18 साल तो बाद जड़ियाँ 18 साल तो दिया उत्ते दिया औरत होंगी उन्होंने 1000 रुपया उन्होंने 2000 नू एवं, है ना। ये लाइक एक जड़ा ये एक मीडियम जहा बना लिया है ना भी हाँ असं आ कुछ करांगे वोटा पाओ, बट ये कोई भी सच नहीं हुंदा। और नाले जे आपां पॉलिटिकली देखिए ये सब कुछ रोंग आ, एवें दे मैथड्स एवें दे पोस्टर जे बंदा ला रहा, एवें दे मीडियम एवें दियां गल्लां जिहड़ा वोट्स तो पहले ही कर रहा, सिर्फ वो वोटा लै रहा। अगे जाके भावन ने चोणां च खड़ी होना है नहीं रुझान इन्नी जानकारी है, वोट पाउंदे हो जी? हाँ जी हाँ। किहनूं पाउणी? केजरीवाल नूं जी। केजरीवाल नूं? हाँ कारण की जी उहदा? ओह ठीक है बंदा, काम वधिया कित्ते ने हुणे दिल्ली च, दिल्ली जे उरे भी करूगा, ਲੱਗਦਾ ਕਰੂਗਾ ਜੀ, ਕਰੂਗਾ ਪੱਕਾ 100%। ਰਾਜੇਵਾਲ ਸਾਹਿਬ ਨੂੰ ਨਹੀਂ ਪਾਉਣੀ? ਨਹੀਂ ਉਹਨੂੰ ਨਹੀਂ ਪਾਵਾਂਗੇ। ਉਹਦਾ ਕਾਰਨ ਕੀ? ਨਹੀਂ ਨਹੀਂ ਸ਼੍ਰੋਮਣੀ ਅਕਾਲੀ ਦਲ ਵਾਲੇ ਤਾਂ ਕਹਿੰਦੇ ਵੀ ਜਦੋਂ ਸਾਡੀ 10 ਸਾਲ ਸਰਕਾਰ ਰਹੀ ਅਸੀਂ ਸਿਹਤ ਸਹੂਲਤਾਂ ਵੀ ਦਿੱਤੀਆਂ, ਉਹ ਕਹਿੰਦੇ ਸਾਡੇ ਕਾਰਡ ਹੁਣ ਤੱਕ ਚੱਲਦੇ ਆ 30,000 ਵਾਲੇ। ਬਾਦਲ ਨੇ ਕੀਤਾ ਕੰਮ ਵਧੀਆ, ਬਾਦਲ ਨੇ ਕੀਤਾ। ਲਿਆਉਣਾ ਕਿਉਂ ਨਹੀਂ ਉਹਨੂੰ? ਨਹੀਂ ਨਹੀਂ ਹੁਣ ਨਹੀਂ ਨਾ ਹੋ ਰਿਹਾ, ਉਹ ਮੁੰਡਾ ਆ ਗਿਆ ਨਾ, ਉਹ ਨਹੀਂ ਚੱਜ ਦਾ ਕੰਮ ਕਰਿਆ ਬਿਲਕੁਲ ਵੀ, ਉਹ ਠੀਕ ਨਹੀਂ ਕੰਮ ਕਰਿਆ, ਬਾਪ ਸੀਗਾ ਉਹਦਾ ਵਧੀਆ, ਉਹਦੇ ਗੁਣਾਂ ਸੀ ਹੁਣ ਵੀ ਕਰਦੇ ਆ। ਲੰਬੀ ਤੋਂ ਬਾਪ ਵੀ ਕਹਿੰਦੇ ਲੜ ਰਹੇ ਚੋਣ ਜੀ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੀ ਲੜ ਰਹੇ ਨੇ। ਨਹੀਂ ਉਹ ਨਹੀਂ ਲੜਦੇ ਵਿਚਾਰੇ, ਉਹ ਲੜ ਰਹੇ ਨੇ ਜੀ। ਨਹੀਂ ਨਹੀਂ ਲੰਬੀ ਤੋਂ ਲੜ ਰਹੇ ਨੇ ਬਾਬਾ ਜੀ। ਅੱਛਾ ਜੀ, ਐਲਾਨ ਹੋ ਗਿਆ ਉਹਨਾਂ ਦਾ? ਠੀਕ ਹੈ, ਹਾਂ ਠੀਕ ਹੈ ਜੀ। ਤੇ ਫਿਰ ਲੱਗਦਾ ਵੀ ਜੇ ਅਕਾਲੀ ਦਲ ਆਊਗਾ ਤਾਂ ਕੰਮ ਨਹੀਂ ਆ ਸਕਦਾ, ਮੁਸ਼ਕਲ ਹੈ, ਇਹੀ ਆਊਗਾ ਕੇਜਰੀਵਾਲ। ਕੇਜਰੀਵਾਲ ਆਊਗਾ 100%। ਭਗਵੰਤ ਮਾਨ ਹੈ ਜੀ ਵੈਸੇ ਇੱਥੇ, ਭਗਵੰਤ ਮਾਨ। ਹਾਂ ਉਹੀ ਹੈ, ਇੱਕੋ ਗੱਲ ਹੈ, ਇੱਕੋ ਗੱਲ। ਭਗਵੰਤ ਮਾਨ ਉਹ ਕਹਿੰਦੇ ਚੁਟਕਲੇ ਸੁਣਾਉਣ ਵਾਲਾ ਪੰਜਾਬ ਸਾਹਿਬ? ਨਹੀਂ 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 ਨਹੀਂ। ਤੁਸੀਂ ਖੁਸ਼ ਹੈਗੇ ਹੋ ਜੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਤੇ ਖੁਸ਼ ਆ ਤੁਸੀਂ? ਪੂਰੇ ਖੁਸ਼ ਆ। ਹੋਰ ਠੀਕ ਹੋ ਜੀ? ਹਾਂਜੀ ਹਾਂਜੀ। ਇੱਥੋਂ ਦੇ ਹੀ ਹੋ ਲੋਕਲ ਹੋ? ਹਾਂਜੀ ਹਾਂਜੀ। ਕਿੰਨੀ ਉਮਰ ਹੋ ਗਈ ਸਰ? ਆਪਣੀ ਉਮਰ 50 ਸਾਲ ਦੀ ਜੀ। 50 ਸਾਲ। ਵੋਟ ਵੋਟ ਕਰਦੇ ਹੋ? ਵੋਟ ਕਰਦੇ ਆ ਜੀ। ਤੇ ਇਸ ਵਾਰ ਕੀ ਦੇਖਦੇ ਹੋ, ਬਦਲਾਅ ਦੇਖਦੇ ਹੋ? ਇਸ ਟਾਈਮ ਝਾੜੂ ਵਾਲਾ ਚਾਹੀਦਾ ਜੀ। ਝਾੜੂ? ਹਾਂਜੀ ਝਾੜੂ, ਪੱਕਾ ਝਾੜੂ ਆਉਣਾ ਚਾਹੀਦਾ। ਆਊਗਾ ਜੀ, ਆਊਗਾ। ਹਾਂਜੀ। ਇੰਨਾ ਸ਼ੋਰ ਕਿਵੇਂ ਹੋ? ਹੋਰ ਹੋ ਸਕਦਾ ਜੀ, ਵਿਸ਼ਵਾਸ ਹੈ ਤੈਨੂੰ ਲੋਕਾਂ 'ਤੇ। ਅੱਛਾ, ਅਤੇ ਕੋਟਲੀ ਸਾਹਿਬ ਨੇ ਕੰਮ ਨਹੀਂ ਕੀਤੇ? ਕੀ ਕੀਤਾ ਜੀ, ਆਹ ਦੇਖ ਲਓ ਕੰਮ ਕੀਤੇ ਹੋਏ, ਆਹ ਦਿਖਾਓ ਕੈਮਰਾ ਮਾਰੋ। ਇਹ ਕਿਆ ਪਤਾ ਇੱਧਰ ਬਾਜ਼ਾਰ 'ਚ ਵੜਨੇ ਦੇ ਲਈ ਪੈਰ ਧੋ ਕੇ ਜਾਓ ਕਹਿੰਦੇ ਵੀ? ਹਾਂਜੀ ਹਾਂਜੀ ਜੀ, ਹਾਂਜੀ ਹਾਂਜੀ ਹਾਂਜੀ, ਪੈਰ ਧੋ ਕੇ ਜਾਓ ਜੀ। ਇਹ ਡਿਵੈਲਪਮੈਂਟ ਆਈ ਜੀ ਹੈ? ਹਾਂਜੀ ਹਾਂ। ਕੀ ਨਾਮ ਹੈ ਜੀ ਤੁਹਾਡਾ? ਨਾਥ ਸਿੰਘ। ਨਾਥ ਸਿੰਘ ਜੀ, ਇਹ ਮਤਲਬ ਕਿ ਤੁਸੀਂ ਗਰਮ ਕਰਕੇ ਚੀਜ਼ਾਂ ਨੂੰ ਢਾਲਦੇ ਹੋ? ਨਹੀਂ, ਕਲੀ ਕਰਦੇ ਹਾਂ ਭਾਂਡੇ। ਅੱਛਾ, ਭਾਂਡੇ ਕਲੀ ਕਰਦੇ ਹੋ। ਅਤੇ ਹੁਣ ਤਾਂ ਬਾਪੂ ਜੀ, ਪਹਿਲਾਂ ਅਸੀਂ ਦੇਖਿਆ ਸੀ ਪਿੰਡਾਂ ਦੇ ਵਿੱਚ ਆਏ ਕਰਦੇ ਸੀਗੇ, ਉਹ ਕਲੀ ਕਰਾ ਲਓ ਭਾਂਡੇ ਕਲੀ, ਉਹ ਆਉਂਦੇ ਨਹੀਂ ਜੀ। ਉਹਦਾ ਕਾਰਨ ਕੀ ਆ ਵੀ ਭਾਂਡੇ ਹੁਣ ਲੋਕ ਮਾਡਰਨ ਹੋ ਗਏ ਜਾਂ ਕੀ? ਮਤਲਬ ਆ ਸਟੀਲ ਚੱਲ ਪਿਆ, ਉੱਧਰ ਹੋ ਗਏ ਲੋਕ ਮਾਡਰਨ ਹੋ ਗਏ। ਰਹਿਤ ਕੀ ਵੋਟ ਪਾ ਕੇ ਕਿਹਨੂੰ ਕਲੀ ਕਰਨੀ ਹੈ ਜੀ? ਨਹੀਂ ਆਪਾਂ ਕਲੀ ਨਹੀਂ ਕਰਨਾ ਕਿਸੇ ਨੂੰ, ਤੁਹਾਡੀ ਭਾਸ਼ਾ 'ਚ ਪੁੱਛ ਲਈਏ ਮੈਂ ਕਿਹਾ। ਵੈਸੇ ਬਦਲਾਅ ਦੀ ਗੱਲ ਇਹਨਾਂ ਨੇ ਬਦਲਾਅ ਦੀ ਕੀਤੀ ਹੈ, ਅਤੇ ਤੁਹਾਨੂੰ ਲੱਗਦਾ ਵੀ ਰਵਾਇਤੀ ਪਾਰਟੀਆਂ ਦੀ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਲੁੱਟਿਆ ਕੁੱਟਿਆ ਜੀ, ਸਾਨੂੰ ਉਹ ਹੀ ਆ ਗੱਲ? ਇਹ ਤਾਂ ਚੱਲਦਾ ਹੀ ਰਹਿੰਦਾ ਕੰਮ, ਹੁਣ ਜਿਵੇਂ ਕਹਿੰਦੇ ਨੇ ਵੀ ਇਹ ਆਉਣਾ ਚਾਹੀਦਾ, ਇਹ ਆਉਣਾ ਚਾਹੀਦਾ,
करना तो उन्होंने अपनी मर्जी ना लिया जो कुछ करना किसी तक जोड़ा मर्जी आ जाए नाथ सिंह ने तो कलियो करनी है कली करनी है रोटी तो खानी पर एक अफसोस की भी तो गल हैगी है जी भी मजदूर की गल चोणा वेले तो बहुत की जाती है जी बाद पुछते नहीं जी बाद कोई नहीं पुछता है तुम्हें पेंशन लगी हुई जी पेंशन लाई जी तुम जी पेंशन हैगी कोई रिटायर भी हो किसी अहदे तो बुढ़ापा पेंशन लगी हुई है बुढ़ापा पेंशन 2500 कहते जी करती जी चन्नी साहब ने भी नहीं की चन्नी साहब ने नहीं करी हैगी साल कहते अपने कांग्रेस वाले भी अं 1500 कर देंगे आ हूँ दिता 1500 उन्होंने हाँ मेरे ख्याल भी 3-4 बारी मिल गया 4 महीने हो गए तुम भी आइडिया ला ही ले करो बी जो कोई बड़ा ऐलान होया बी भाई ये 2022 दी च हो गया 27 दे नेड़े तेड़े मिलूगा नहीं जी ये भी गल थोड़ी ठीक है सत श्री अकाल जी सत श्री अकाल जी ठीक हो जी हाँ जी हाँ वोट मनी हुई है जी इत्थे हाँ जी महाराज सब कुछ हो रही है वोट भी है सपोर्ट भी है सपोर्ट भी है किसकी झाड़ू की क्यों हाँ झाड़ू ही आवेगी वो क्यों जी वो कोई विकास तो करेगा बेचारा केजरीवाल कुछ सुनाई तो करेगा जड़े इन्होंने पहले वालों ने क्या विकास कराया हम तो गरीब आदमी पिछक रहे जहाँ तो कहने बड़िया बड़िया सड़क बना दी यहाँ डाबर बना दिए पक्के लेली रोड जाके देख फाटकों से परे क्या से क्या हो रहा ले लेडी रोड तो ही हम तो झाड़ू वाले हैं पक्के अब क्या झाड़ू पे लगाऊंगा सरदार जी वोट कारण की है तो की लगता तो शोरूम पा के दे देना उन्होंने उन्होंने हमें आगे के लिए कुछ विकास तो करेंगे आगे हाँ जी हाँ जी ए झाड़ू वाले ने वोट पानी है जी ओके अनशन ओके मोदी ठीक है सो आपे तो बाहर हो गए जी ये रवायती पार्टियां तो काफ़ी दुखी लगते हैं हाँ जी हाँ जड़े पहले पुराने मिनिस्टर हुए गरीबों का कुछ सोचा ही नहीं पहले जड़े तो विधायक रहे गुरप्रीत कोट गुरकीरत कोटली जी वो तो इतने अपना बूट वगैरह पॉलिश करवाते होने मारे पे जी हम तो सबके लिए मजदूर है हमारा क्या हम तो मजदूरी करेंगे रोटी खा लेंगे कोई लीडर भी मंत्री मंत्री भी आया बूट पॉलिश करवाने के लिए ना कोई आया मजदूरी मजदूरी वो लीडर पीडर हम तो उसे कह दिया केजरीवाल को वोट अब की साल उसे पाने जी सारे टापर ने हाँ हमारी वोट कम से कम भी ऐसी होंगी मेरा ख्याल होंगी 6-7 हज़ार सारी उस पर जाएंगे झाड़ू पे 6-7 हज़ार हाँ सारे मोहल्लों की मारे मोहल्ले दी मैं कहा टब्बरे इन्ना तो डग अल्लाह सारा मोहल्ला जितने भी हमारे पूर्वी है मजदूर हैं सारे झाड़ू पे जाएंगे एका कर लिया तुसी हाँ आपके एका ही कर लिया जब भी काम चलेगा हाँ आपके गरीब मार पड़ने की नहीं वो एका ही कीता किसे पार्टी ने ठेका तो नहीं कर लिया अल्लाह हम किसी की चाय नहीं पीते बहुत दूर है हम तो चाय पीने से भी हम तो जो भी विकास देखेंगे हमारा आगे अब तक किसी ने कोई विकास करा नहीं अच्छा पॉलिटिक्स बारे ठीक है सत श्री अकाल करो भाई असी तो आप भुखे मरी जाते आटे बगैर अच्छा हाँ कितों आए तुम माता जी ओ आजाद नगर तो हाँ की काम करते हो बस आटा लेना आई हूँ कोई लैके दे दे 10 किलो माता दे बच्चे भुखे बैठे आटा मैं ला दिना तेनू मालिक तेन राजी कितों लेना कितों भी ले दे आजो आजो सो वैसे तो यह सरकार की जिम्मेवारी है पर चलो कोई ना कोई गरीब रोटी मंगता तो रोटी तो असी भीख की वक्री गल है रोटी तो आने तो कदे भी मना नहीं करना चाहिए आज 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 कितने जी आज 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 ਕਿੱਥੇ ਰਹਿੰਦੇ ਕਿੱਥੇ ਹੋ ਤੁਸੀਂ ਮਾਤਾ ਕਿੱਥੇ ਰਹਿੰਦੇ ਆਜ਼ਾਦ ਨਗਰ ਕੰਮ ਕੀ ਕਰਦੇ ਹੋ ਕੀ ਕਰਦੇ ਬੂਟ ਪਾਲਸ ਕਰਦੇ ਹੈਗੇ ਮੀਂਹ ਕਣੀ ਦੇ ਵਿੱਚ ਸਾਰੇ ਡੁੱਬੇ ਪਏ ਹੈਗੇ ਸਾਡੇ ਦਾ ਬੁਰਾ ਹਾਲ ਹੋਇਆ ਪਾਣੀ ਦੇ ਵਿੱਚ ਅੱਛਾ ਹਾਂਜੀ ਤੇਰਾ ਭਲਾ ਕੋਈ ਨਾ ਤੇਰੇ ਬੱਚੇ ਜਿੰਦੇ ਮੰਗ ਕੇ ਤਾਂ ਨਹੀਂ ਖਾਂਦੇ ਹੋ ਕੀ ਕਰੀਏ ਮੰਗ ਬੂਟ ਪੈਸੇ ਤਾਂ ਨਹੀਂ ਪੈਸੇ ਤਾਂ ਨਹੀਂ ਮੰਗਦੇ ਹੋ ਕਿਸੇ ਤੋਂ ਨਾ ਨਾ ਬੂਟ ਮਿਹਨਤ ਕਰਦੇ ਹੋ ਕੀਰਤੀ ਲੋਕ ਹੋ ਹਾਂਜੀ ਬੂਟ ਪਾਲਸ ਕਰਦੇ ਪਾਂਡੇ ਪੁੰਡੇ ਵੇਚ ਲੈਂਦੇ ਆ ਕਰੋਕਰੀ ਰੋਕਰੀ अच्छा काम कार करके खांदी ओ रहा परे आटा अच्छा अच्छा ठीक है कोई ना मेरी मां कोई ना आजो आजो आजो
कोई ना आ जाओ आ जाओ आ जाओ भाई आटा दे कोई नहीं दो थैली इन्हों दे दो जी दो दो दिन कोई होर जी वोटा आ गई सर बहुत वधिया जी बहुत वधिया की देखते हो जी खन्ने के लोग फिर की देखते दे खन्ने वाले देखो किधर रुझान जाता की पता ना तुसी पंज ऑल ओवर चलो खन्ने की गल ना करा मैं लगता भी कोई कहूगा भी हाँ जी ये बयान देता ऑल ओवर पंजाब की देखते हो जी देखो जी हर कोई बंदा थोड़ी चेंज चाहता है शायद होवे कोई चेंज लगता तो ये भी जी मन करता भी होनी चाहिए चेंज चाहिए है जी चाहिए क्यों नहीं हाँ चंगे लिए होंगी है चेंज 500 रुपए की चेंज तो मैं भी चाहिए है जी सो बिल्कुल हर कोई बदलाव चाहता है तो ये बदलाव की गल की जा रही है खन्ने के भी पर 10 मार्च तो बाद पता लगना भी खन्ने के लोग किनू इतों विधानसभा भेजते हैं तो फिर पंजाब दे विच किसी सरकार आँदी है पर खन्ने के लोगों की जो गल करिए ज़्यादातर लोग यही कहें कह रहे हैं भी बदलाव चाहिए है बदलाव जरूर होना चाहिए आकाश माही के नाल जगदीप सिंह थली पंजाबी लोक चैनल खन्ना।